Mama, look at that.
गिलते नहीं मां मर गए अठारह बिरावा की भेड़ कली रह गई मुसलमान سنا کسی
کس چیز کی نماز ادا کر رہے ہیں لوگ، اس کی ابو تراب قضا کر رہے ہیں لوگ، کس چیز کی نماز ادا کر رہے ہیں لوگ؟ جنت کے وارثوں سے عداوت کے باوجود جنت میں داخلے کی دعا کر رہے ہیں لوگ، کیا بات ہے؟ مالک کو یہ ذریعہ کرے مکھڑا علی کی اس برگاہ پہ کہ سننا لے وہ یقین کرے آئے، یہ ذاکری نہیں ہے، یہ ذاکری کے جملے نہیں ہے، جڑا قصیدہ میں تم سناون لگا اس قصیدے کے لفظ ایڈے وڈے نہ بھائی تصا شام تائیں تائیں کھڑ کے واہ واہ کرو تو واہ واہ گھٹ اس قصیدے کا ایک ایک لفظ گنتی ہے، مگر میں تم نہیں آکنا تصا بے شک بولے سو ٹھیک ہے نہ بولے سو تاں ٹھیک ہے، میں جناب قصیدہ کو وڈا سناون لگا میرے آکھن تے ایک دفعہ صلوات بلند آواز نال پڑھو چا اس دے بعد بے شک نہ پڑھیا بنایا گیا سارے مکان
تدبیر کرے بڑا سونا سنتے پے ہو بہت زیادہ شور ہوگی اس سے نہ پڑھنے والے سمجھ آتی ہے بھائی میں پڑھ کے رہا نہ سننے والے سمجھ آتی ہے بھائی اصل سن کے رہے ہیں زیادہ شور مجلس نہیں ہوتی ہیں توجہ کرنی ہے بے نیاز خالق پہ فرمائیں دے حال جزا احسان اندل احسان بولو نیکی دا بدلہ نیکی او کیڑا احسان آئی جدا بدلہ خالق لہاونا چاہتا ہے اے کچھ دیر واسطے اپنے ذہن نو سرکار ختم کی مرتبہ دی جڑی زندگی مکے چ گزری ہے نا اپنے ذہن نو مکے لے جاونا ہے ہن میں جناب دے حوالے شیئر کرنا ہے توجہ تو کرنی ہے مکے دی حالات زندگی تے توجہ کرنی ہے وہ عداوت کی آندی بھی چلتی رہی وہ عداوت کی آندی بھی چلتی رہی یہ چلا سامنے توجہ تو کرنی ہے بولو
ਉਹ ਬਤੂਲ ਦੀ ਸ਼ਾਦੀ ਹੋਈ। ਦੱਸਣਾ ਚਾਹੁੰਦਾ ਸ਼ਾਦੀ ਤੇ ਠਰਨ ਵਾਲੇ ਕੌਣ ਹਨ, ਸੜਨ ਵਾਲੇ ਕੌਣ ਹਨ? ਸ਼ੇਰ ਮਜਰਾ ਪਿਆ ਵਾਲੇ ਕਰਨੇ ਹੈ। ਸ਼ਾਦੀ ਸਾਫ਼ ਨਹੀਂ ਕਰ ਸਕੀ, ਹੋਰ ਦੀ ਰੋਂਦਾ ਹੋਇਆ ਬੈਠਾ ਹੈ ਨਾ, ਤੜਪ ਕੇ ਦੀ ਦੇ ਸਰ ਤੇ ਹੱਥ ਰੱਖਸ,
ਤੇ ਉੱਚਾ ਆਇਆ ਕਰ ਕਿਹਾ ਤੇ ਮੈਨੂੰ ਜਲਦੀ ਦਰਸਾ ਤੇ ਕੋ ਕਹਿ ਰਵਾਇਆ ਮੈਂ ਬਦਲਾ ਦਿੰਦਾ ਨਿੱਕੇ ਨਿੱਕੇ ਹੱਥ ਬਣ ਕੇ ਆ ਦੀਏ ਬਾਬਾ ਕਹਿੰਦੇ ਕੋਲੋਂ ਬਦਲਾ ਗਿੰਦਾ ਉਹਨਾਂ ਦੇ ਖੇਮੇ ਚ ਪਾਣੀ ਕੋਈ ਨਹੀਂ ਬਦੋ ਬਈਆ ਅਲੀ ਦੀਆਂ ਜਾਈਆਂ ਰਾਜ਼ੀ ਹੋਣੀ ਆਏ ਕਰਨ ਵਾਲਾ ਉਹਨਾਂ ਦੇ ਬਚਣਾ ਨਸ ਤਾਂ ਸਹੀ ਹੋਇਆ ਕਿਆ ਹੈ ਬੱਚੇ ਅਲੀ ਬਾਬਾ ਜੀ ਜਿਹੜੀ ਰਾਤ ਗੁਜ਼ਰਦੀ ਪਈ ਹੈ ਨਾ ਐਲਾਨ ਹੋਇਆ ਹਰ ਅਫਸਰ ਦੀ ਧੀ ਹਰ ਅਫਸਰ ਦੀ ਬੀਵੀ ਦਰਿਆ ਦੇ ਕਿਨਾਰੇ ਤੇ ਵੰਜੇ ਠੰਡਾ ਪਾਣੀ ਪੀਵੇ ਨਵਾਂ ਲਿਬਾਸ ਤਬਦੀਲ ਕਰੇ ਕਿਉਂ ਜੋ ਕੱਲ੍ਹ ਸਾਡੀ ਫਤਿਹ ਤਾਂ ਨਹੀਂ ਹੈ ਬਾਬਾ ਅੰਮਾ ਆਖਿਆ ਮੈਂ ਨਹੀਂ ਰਹਿੰਦੀ ਬਾਬਾ ਮੈਂ ਤੁਰ ਪਈਆਂ ਦਰਿਆ ਦੇ ਕਿਨਾਰੇ ਤੇ ਬਹਿ ਗਈਆਂ ਬਾਬਾ ਹਰ ਅਫਸਰ ਦੀ ਧੀ ਗੁਸਲੀ ਕੀਤਾ ਠੰਡਾ ਪਾਣੀ ਪੀਤਾ ਨਵਾਂ ਲਿਬਾਸ ਤਬਦੀਲ ਕੀਤਾ ਬਾਬਾ ਮੈਂ ਨਵਾਂ ਪਾਣੀ ਪੀਤਾ ਨਾ ਗੁਸਲ ਕੀਤਾ ਬਲਕਿ ਹਰ ਆਵਣ ਵਾਲੀ ਲਹਿਰ ਨੂੰ ਗਿੱਲੇ ਦਿੰਦੀ ਰਹੀਆਂ ਤੇ ਆਦੀ ਰਹੀਆਂ ਤੂੰ ਤਾਂ ਠਾਠਾ ਮਾਰ ਕੇ ਪਿਆਵਾਂ ਲੈ ਦਰਿਆ ਦੇ ਵਾਰਿਸ ਮਣ ਤੇ ਤਸੇ ਬੈਠੇ ਮਨੋ ਬਈ ਯਾਰ ਅਲੀ ਦੀਆਂ ਜਾਈਆਂ ਰਾਜ਼ੀ ਹੋਣੀ ਕੋਸ਼ਿਸ਼ ਕਰੇ ਅੰਨ ਤੇਰੇ ਵਾਸਤੇ ਚ ਨਹੀਂ ਮੈਂ ਪਹਿਲੇ ਆਖਿਆ ਹਾਏ ਤੇਰੇ ਵਾਸਤੇ ਚ ਉਹਨਾਂ ਦੇ ਬਚਣਾ ਵੱਧ ਬੱਚਿਆਂ ਦੀ ਬਸਵੇ ਬਾਬਾ ਮੈਂ ਰਾਹ ਭੁੱਲ ਗਈਆਂ ਹੋਰ ਤੜਕ ਗਏ ਆਦੇ ਬਚਣਾ ਕੀ ਹੋ ਜਾਏ ਰਾਹ ਭੁੱਲੀਆਂ ਦੀ ਬਾਬਾ ਘਬਰਾ ਨਹੀਂ ਮੈਂ ਇੰਜ ਦਾ ਰਾਹ ਨਹੀਂ ਭੁੱਲੀ ਬਾਬਾ ਮੈਂ ਜਹੰਮ ਦੇ ਰਸਤੇ ਤੋਂ ਹਟ ਕੇ ਜੰਨਤ ਦੇ ਰਸਤੇ ਤੇ ਤੁਰ ਪਈਆਂ ਹੋਰ ਤੜਕ ਗਿਆ ਤੇ ਬਚਣਾ ਤੇ ਵੱਧ ਬੱਚਿਆਂ ਦੀ ਬਾਬਾ ਉਹ ਸਾਹਮਣੇ ਜਿਹੜੇ ਖੇਮੇ ਨਾ ਕਾਲੇ ਰੰਗ ਦੇ ਬਾਬਾ ਜਿਹਨਾਂ ਨੂੰ ਤੂੰ ਆਦਾ ਵੀ ਤੇਰੇ ਦੁਸ਼ਮਣ ਹੈ ਬਾਬਾ ਉਹਨਾਂ ਦੇ ਕੋਲੋਂ ਮੈਂ ਗੁਜ਼ਰੀ ਹਾਂ ਤੇ ਦਿਲ ਵਿੱਚ ਸੋਚਿਆ ਵੀ ਬਾਬਾ ਜੋ ਆਦਾ ਉਹ ਦੁਸ਼ਮਣ ਹੈ ਬਾਬਾ ਮੈਂ ਜਲਦੀ ਨਾਲ ਗੁਜ਼ਰਨ ਦਾ ਇਰਾਦਾ ਕੀਤਾ ਹੈ ਉਹ ਸਾਹਮਣੇ ਜਿਹੜਾ ਜਵਾਨ ਹੈ ਜਿਹਦੇ ਹੱਥ ਹੀ ਚੱਲਾਂ ਮੈਂ ਜੇ ਤੂੰ ਆਪਾਸ ਆ ਦਿਨ ਬਾਬਾ ਜਵਾਨ ਮੈਨੂੰ ਇਵੇਂ ਆਇਆ ਨਾ ਜਿਵੇਂ ਝਿੱਕ ਦੋ ਪਾਣੀ ਆਉਂਦਾ ਹੈ ਬਾਬਾ ਮੈਨੂੰ ਜਲਦੀ ਨਾਲ ਚਾਇਸ ਚਾਹ ਕੇ ਹਾਂ ਦੇ ਨਾਲ ਲਾਇਸ ਪੇਸ਼ਾਨੀ ਤੇ ਗੋਸਾ ਦੇ ਕੇ ਆਉਂਦਾ ਬੱਚੜਾ ਜੇ ਥੱਕ ਪਈ ਹੋਵੇ ਤਾਂ ਮੈਂ ਖੈਮੇ ਪਹੁੰਚਾ ਵਾ ਬਲੋ ਵੀ ਯਾਰ ਅਲੀ ਦੀਆਂ ਜਾਈਆਂ ਰਾਜ਼ੀ ਉਹਨੇ ਆਏ ਕਰਕੇ ਰੋਣ ਵਾਲਾ ਬੱਚੜਾ ਜੇ ਥੱਕ ਪਈ ਹੋਵੇ ਤਾਂ ਮੈਂ ਖੈਮੇ ਪਹੁੰਚਾ ਵਾ ਮੈਂ ਜਾਣਦਾ ਧੀਆਂ ਰੋਜ਼ ਰੋਜ਼ ਘਰੋਂ ਬਾਹਰ ਨਹੀਂ ਆਉਂਦੀਆਂ ਬਲੋ ਯਾਰ ਉਹਦਾ ਤਾਂ ਬੱਚੜਾ ਵੱਧ ਬੱਚਿਆਂ ਦੀ ਪਾਸਵੇ ਬਾਬਾ ਮੈਂ ਤੁਰਨ ਲੱਗੀਆਂ ਜਵਾਨ ਮੈਂ ਕੋ ਆਪਣੇ ਨਾਲ ਪਾਇਆ ਮੈਂ ਕੋ ਆਦਾ ਬੱਚੜਾ ਦੱਸਾ ਤੇ ਬਾਬਾ ਮੇਰੇ ਸਰਦਾਰ ਦੇ ਬਾਰੇ ਕਿਆ ਬਦਾ ਸੁਚੇਂਦਾ ਮੈਂ ਆਖਿਆ ਚਾਚਾ ਮੇਰਾ ਬਾਬਾ ਤੁਹਾਡੇ ਸਰਦਾਰ ਦੇ ਮਾਰਨ ਦੀਆਂ ਮਮਤਾ ਮਨ ਨਿਕਲਦਾ ਹੈ ਬਾਬਾ ਆਪਾਸ ਤੇ ਮੇਰੇ ਦਰਮਿਆਨ ਗਾਲੀ ਪਈ ਹੁੰਦੀਆਂ ਜਾਂ ਉਹਨਾਂ ਖੈਮੇ ਚੋਂ ਚਿੱਟੇ ਸਾਰਾ ਵਿੱਚ ਜ਼ਈਫਾ ਬਾਹਰ ਆਈਏ ਬਾਬਾ ਜੀ ਦੀ ਕਮਰ ਝੁੱਕੀ ਹੋਈ ਆਈ ਸਰ ਬਰਫ਼ ਤੋਂ ਜ਼ਿਆਦਾ ਸਫ਼ੇਦ ਆਈ ਜਿਵੇਂ ਆਪਾਸ ਡਿੱਠੇ ਨਾ ਉਹ ਜ਼ਈਫਾ ਕੋ ਆਉਂਦਿਆਂ ਆਪਾਸ ਤਾਜ਼ੀਮਨ ਕੁਰਸੀ ਛੋੜੀਏ ਜ਼ਈਫਾ ਸਾਹਮਣੇ ਆ ਕੇ ਖੜ ਗਈਏ ਅਤੇ ਆਦੀ ਆਪਾਸ ਜਿਹੜੀ ਨਵੀਂ ਮਹਿਮਾਨ ਹੈ ਅਲੀ ਦੀਆਂ ਧੀਆਂ ਦਾ ਹੁਕਮ ਹੈ ਉਚਾ ਕੇ ਖੈਮੇ ਗਹਿਣਾ ਪੈਦਲ ਤੋੜ ਕੇ ਨੱਗੇ ਨਾਵੇਂ ਆਮ ਮਹਿਮਾਨ ਨਹੀਂ ਬੱਚਿਆਂ ਦੀ ਬਾਬਾ ਉਸ ਵੇਖੋ ਮੈਨੂੰ ਚਾਹੇ ਚਾਹ ਕੇ ਹਾਂ ਦੇ ਨਾਲ ਲਾਇਸ ਬਾਬਾ ਜਿਹੜੇ ਵੇਲੇ ਮੈਂ ਖੇਮੇ 'ਚ ਦਾਖਿਲ ਹੋਈ ਹੈ ਨਾ ਵੀ ਬਾਬਾ ਮੈਂ ਕਿਵੇਂ ਮਾਰ ਲਵਾਂ ਤੂੰ ਤਾਂ ਹੈ ਦੁਸ਼ਮਣ ਹੈ ਬਾਬਾ ਮੈਨੂੰ ਕੱਲ੍ਹ ਪਤਾ ਲੱਗਾ ਉਹਨਾਂ ਖੇਮੇ ਤੇਰੀਆਂ ਤਰੈ ਭੈਣ ਆ ਰਹੀਆਂ ਹੋਈਆਂ ਭਲੋ ਵੀ ਆਏ ਕਰਨ ਵਾਲਾ ਅਲੀ ਦੀਆਂ ਜਾਈਆਂ ਰਾਜ਼ੀ ਉਹਨੇ ਆ ਇਮਤਿਹਾਨ ਨਾ ਲੈ ਨਾ ਮੈਂ ਅਲੀ ਦੀਆਂ ਧੀਆਂ ਦੇ ਦੁੱਖ ਖੜਾ ਕਰਦਾ ਤੂੰ ਇਮਤਿਹਾਨ ਲੈ ਤਾਂ ਤੇਰੀ ਆਪਣੀ ਮਰਜ਼ੀ ਉਹਦਾ ਤਾਂ ਬੱਚਣਾ ਵੱਧ ਕਿਆ ਹੋਇਆ ਬੱਚਿਆਂ ਕਿ ਬਾਬਾ ਮੈਂ ਜਿਵੇਂ ਖੇਮੇ 'ਚ ਦਾਖਿਲ ਹੋਈਆਂ ਨਾ ਬਾਬਾ ਹਰ ਮਜ਼ਦੂਰ ਉੱਠੀ ਕੇ ਮੈਂ ਇਸਤਕਬਾਲ ਕੀਤਾ ਅਲੀ ਦੀ ਵੱਡੀ ਧੀ ਉੱਠੀ ਜਾਂਦਾ ਇਰਾਦਾ ਤਾਂ ਕੀਤਾ ਮਾਪਾ ਮਗਰ ਉੱਠ ਨਹੀਂ ਸਕੀ ਮੈਨੂੰ ਆਦੀ ਬੱਚੜਾ ਉਹ ਵੇਲੇ ਆਈ ਹੈ ਜਿਹੜੇ ਵੇਲੇ ਮੈਂ ਉਜੜ ਗਈ ਹਾਂ ਅੱਜ ਮਦੀਨਾ ਵਸਦਾ ਹੋ ਗਿਆ ਤੂੰ ਆਈ ਹੋਵਿਆਂ ਪਹਿਲੇ ਆਉਣ ਦਾ ਮੁੱਲ ਪੈ ਵੰਜਿਆ ਮਗਰ ਇਸੇ ਕਰਬਲਾ ਦੀ ਜ਼ਮੀਨ ਨੂੰ ਤਖਤੇ ਸੁਲੇਮਾਨ ਸਮਝ ਕੇ ਬਾਏ ਵਾ ਬਲਾਉਣੇ ਅਲੀ ਦੀਆਂ ਜਾਈਆਂ ਰਾਜ਼ੀ ਉਹਨੇ ਉਹਨਾਂ ਦੇ ਬੱਚੜਾ ਵੱਧ ਬੱਚੀ ਆ ਕੇ ਬਾਬਾ ਅਲੀ ਦੀ ਵੱਡੀ ਦੀ ਹੱਥ ਦਾ ਇਸ਼ਾਰਾ ਕੀਤਾ ਹਰ ਮਸਤੂਰ ਆਪਣੇ ਆਪਣੇ ਖੈਮੇ 'ਚ ਦਾਖਲ ਹੋਈਏ ਬਾਬਾ ਕਹਿ ਗੱਲ ਦਾ ਜ਼ੇਵਰ ਕਹਿ ਹੱਥ ਦੇ ਜ਼ੇਵਰ ਕਹਿ ਮੱਥੇ ਦੇ ਜ਼ੇਵਰ ਬਾਬਾ ਹਰ ਮਸਤੂਰ ਆਪਣੇ ਆਪਣੇ ਜ਼ੇਵਰ ਜਮ੍ਹਾਂ ਕਰਕੇ ਛੋਟੀ ਜਿਹੀ ਗੱਠੜੀ ਬਣਾਈਏ ਗੱਠੜੀ ਮੇਰੇ ਸਾਹਮਣੇ ਆ ਕੇ ਰੱਖੀ ਨੇ ਬਾਬਾ ਮੈਂ ਦੇਖਦੀ ਰਹੀ ਹਾਂ ਇੱਕ 4 ਸਾਲ ਦੀ ਬੱਚੀ ਆਈ ਜਿਹੜੀ ਆਪਣੇ ਖੈਮੇ 'ਚ ਬੰਨ ਕੇ ਬਹਿ ਗਈ ਦੂਰ ਲਹਾਉਣ ਦਾ ਇਰਾਦਾ ਕਰੇਂਦੀ ਆਈ ਹੱਥ ਕੰਬ ਵੰਜੇ ਨਾ ਕੁੰਡੇ ਛੁੱਟ ਵੰਜੇ ਨਾ ਰੋ ਰੋ ਕੇ ਆਦੀ ਹੈ ਪੁੱਪੀ ਕੋਸ਼ਿਸ਼ ਤਾਂ ਕਰੇਂਦੀ ਖੜੀਆਂ ਅੱਜ ਲਹਿ ਵੰਜੇ ਨਾ ਚਾਚੇ ਹੋਰ ਦੀ ਧੀ ਨੂੰ ਲੈ ਛੋੜਾ ਭਲਾਉਵੀ ਅਲੀ ਦੀਆਂ ਜਾਈਆਂ ਰਾਜ਼ੀ ਹੋਣੀ ਆ ਅਲੀ ਦੀਆਂ ਧੀਆਂ ਰਾਜ਼ੀ ਹੋਣੀ ਬਾਬਾ ਆਦੀ ਕੋਸ਼ਿਸ਼ ਤਾਂ ਕਰੇਂਦੀ ਖੜੀਆਂ ਦੂਰ ਨਹੀਂ ਲਾਉਂਦੇ ਜਵਾਨ ਹੋਰਾ ਦਾ ਬੱਚੜਾ ਵੱਧ ਬੱਚੀ ਆ ਗਈ ਬਾਬਾ ਮੈਂ ਆ ਕੇ ਸਹਿਣੇ ਜ਼ੇਵਰਾਂ ਲਈ ਗੱਠੜੀ ਚਾਹ ਕੇ ਮੈਂ ਤੋਂ ਖੈਮੇ ਕੇ ਨਾ ਮੰਜਾਂ ਤੇ ਮਤਾਂ ਮੇਰਾ ਬਾਬਾ ਨਾਰਾਜ਼ ਹੋਵੇ ਬਾਬਾ ਮੈਨੂੰ ਆਉਂਦੀ ਆਈ ਤੇਰੇ ਬਾਬੇ ਦੀ ਮੈਂ ਸਾਹਮਣੇ ਨਾ ਧੋਖੇ ਨਾ ਮਾਂਜ ਬੱਚੀ ਆ ਗਈ ਬਾਬਾ ਮੈਂ ਟੁਰਨ ਲੱਗੀ ਹਾਂ ਮੇਰੇ ਸਾਹਮਣੇ ਉਹ 4 ਸਾਲ ਦੀ ਮਾਸੂਮ ਆ ਕੇ ਖੜ ਗਈ ਨਿੱਕੇ ਨਿੱਕੇ ਹੱਥ ਬਣ ਕੇ ਆਦੀਏ ਬਾਦਸ਼ਾਹ ਦੀ ਜੀ
ایک دفعہ میرے خیمے لگیا بچی دی آواز آتی ہے بابا میں ٹری ہاں بابا میں اندر خیمے چ داخل ہوئی ہاں وے بابا دعا مانگ میں مار گئی ہوں میں منظر نہ دچا ہو رہا پورا دے میرا بچڑا کیا دچھئی بچی آتی ہے بابا میں دچا کیا ایک چھوٹا جہا پنگا صاحب آف لاہور وہ ذکر محمد والے محمد بیان
ਨਾਲ ਫਰਮਾਨ ਕੇ ਸਾਰੇ ਹਜ਼ਰਤ ਖਲੂਸ ਨਾਲ ਇਬਾਦਤ ਸਮਝ ਕੇ ਉੱਚੇ ਆਵਾਜ਼ ਨਾਲ ਸਲਵਾਤ ਪੜੋ ਪਾਕਿਆ ਨਜ਼ਾਤ ਤੇ। التماس الله بسم الله